कुड़ी पंजाब की। वैसा आप किधर पंजाब में रहती हो? पंजाब में किधर रहती है? पंजाब में फगवाड़ा। किधर? फगवाड़ा। अच्छा, अगर हम लोग गए उधर मजा आएगा हम लोग को। क्या कहना है, शुक्रिया मेरा बहन, शुक्रिया शुक्रिया। ये मेरा बहन इंडिया से, पंजाब से, बहुत अच्छी औरत है माशाल्लाह। ਦੇ ਵਿੱਚ ਕੁੜੀਆਂ ਨੂੰ ਘਰੋਂ ਬਾਹਰ ਨਿਕਲ ਦਿੰਦੇ ਮਾਪੇ, ਕਹਿੰਦੇ ਨਾ ਕੁੜੀਏ ਇਕੱਲੀ ਨਾ ਜਾਈ, ਕਿਸੇ ਨੂੰ ਨਾਲ ਲੈ ਜਾ। ਜਦੋਂ ਬਾਹਰ ਇਕੱਲੀਆਂ ਨੂੰ ਭੇਜਦੇ ਨਾ, ਇਹ ਚੀਜ਼ਾਂ ਹੁੰਦੀਆਂ, ਪੈਸੇ ਕਮਾਉਣੇ ਆ ਕਿਸੇ ਦੇ ਘਰ ਨੌਕਰੀ ਕਰਕੇ, ਨਾਲ ਪੜ੍ਹਨਾ ਵੀ ਆ, ਇਹ ਚੀਜ਼ਾਂ ਹੁੰਦੀਆਂ। ਅਗਲਾ ਵੀਡੀਓ ਬਣਾਉਂਦਾ ਗਾ, ਤੁਸੀਂ ਆਪਦੇ ਘਰ ਕੋਈ ਕੰਮ ਵਾਲੀ ਲਾਓ ਕੋਈ ਕੁੜੀ, ਅਤੇ ਉਹਦੀ ਵੀਡੀਓ ਬਣਾ ਕੇ ਦਿਖਾ ਦਿਓ ਕੁਆਰੀ ਕੁੜੀ ਦੀ। ਤੁਸੀਂ ਅਗਲੀ ਉਸੇ ਵਕਤ ਤੁਹਾਨੂੰ ਰੋਕ ਦਊਗੀ ਵੀ ਭਾਈ ਮੇਰੀ ਵੀਡੀਓ ਕਿਉਂ ਬਣਾਉਣਾ, ਪਤਾ ਉਹਨਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਊਗੀ। ਇਹ ਕੁੜੀ ਨੂੰ ਵੀ ਪਤਾ ਸੀਗਾ ਕਿ ਇਹ ਪਠਾਨ ਮੇਰੀ ਵੀਡੀਓ ਬਣਾ ਰਿਹਾ, ਇਹ ਵਾਇਰਲ ਹੋਊਗੀ, ਪਰ ਉਹਦੇ ਵਿੱਚ ਹਿੰਮਤ ਨਹੀਂ ਹੋਈ ਹੈ ਕਹਿਣ ਦੀ ਕਿ ਮੇਰੀ ਵੀਡੀਓ ਨਾ ਬਣਾਓ, ਕਿਉਂਕਿ ਉਹਨੇ ਕਹਿਣਾ ਨਿਕਲ ਜਾ। ਜੇ ਉਹਨੂੰ ਪੈਸੇ ਘੱਟ ਮਿਲਦੇ ਹੋਣ, ਉਹ ਨਾ ਖੁਸ਼ ਹੋਵੇ, ਉਹ ਦੁਖੀ ਹੋਵੇ, ਤਾਂ ਉਹਨੇ ਨਿਕਲ ਹੀ ਜਾਣਾ ਸੀ, ਉਹਨੂੰ ਕੋਈ ਪਰਵਾਹ ਨਹੀਂ ਹੋਣੀ ਸੀ ਵੀਡੀਓ ਦੀ। ਪਰ ਉਹ ਖੁਸ਼ ਆ ਉੱਥੇ ਕਿਸੇ ਦੇ ਘਰ ਕੰਮ ਕਰਕੇ, ਮਜਬੂਰੀ ਆ ਪੈਸਿਆਂ ਦੀ, ਜਦੋਂ 18-20 ਲੱਖ ਲੱਗਿਆ ਹੁੰਦਾ ਗਾ ਉਹ ਬੜਾ ਕੁਛ ਕਰਵਾ ਦਿੰਦਾ। ਇਹ ਚੀਜ਼ਾਂ ਯਾਦ ਰੱਖਿਓ ਦਿਮਾਗ ਦੇ ਵਿੱਚ, ਕਨੇਡਾ ਦੇ ਵਿੱਚੋਂ ਬਹੁਤ ਵੀਡੀਓ ਨਿਕਲ ਕੇ ਆਉਂਦੀਆਂ। ਇਹ ਵੀਡੀਓ ਕਿਸੇ ਸਾਊਦੀ ਅਰਬ ਦੀ, ਦੁਬਈ ਦੀ ਜਾਂ ਕਿਤੇ ਹੋਰ ਦੀ ਨਾ ਸਮਝ ਲਿਓ, ਕਨੇਡਾ ਦੀ ਵੀਡੀਓ ਆ ਇਹ। ਵਿੱਚ ਸੱਜਣਾਂ ਦੇ ਕਮੈਂਟ ਸੀਗੇ ਕਿ UK ਦੀ ਆ, UK ਕਨੇਡਾ ਦੇ ਵਿੱਚ ਬਹੁਤ ਪਾਕਿਸਤਾਨੀ ਵੀ ਪੁਰਾਣੇ ਆ, ਪਠਾਨ ਵੀ ਬਹੁਤ ਆ, ਤਾਂ ਕੰਮ ਜਿੱਥੇ ਮਿਲਦਾ ਬਈ ਕਰਨਾ ਪੈਂਦਾ ਗਾ, ਕਿਉਂਕਿ ਬਾਹਰ ਰਹਿਣ ਨੂੰ ਵੀ। ਇੱਕ ਵੀਡੀਓ ਮੈਂ ਦੇਖੀ ਸੀ ਵੀ ਪਾਰਕ ਦੇ ਵਿੱਚ ਕੁੜੀਆਂ ਸੌਂ ਰਹੀਆਂ ਹੈ, ਔਰ ਮੈਨੂੰ ਨਹੀਂ ਪਤਾ ਵੀ ਇਹ ਜਾਣ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਜਾਂ ਸੱਚਾਈ ਆ, ਜਾਂ ਆਪਾਂ ਕਿਹੜਾ ਗਏ ਹਾਂ, ਹੈ ਨਾ, ਆਪਾਂ ਤਾਂ ਪਿੰਡ ਬੈਠੇ ਹਾਂ। ਪਰ ਅੱਜ ਕੱਲ੍ਹ ਬਹੁਤ ਵੀਡੀਓ ਵਾਇਰਲ ਇਹ ਹੋ ਰਹੀਆਂ ਕਿ ਲਾਈਫ ਸਟਾਈਲ ਬਹੁਤ ਔਖਾ ਹੈ, ਕੰਮ ਨਹੀਂ ਮਿਲਦਾ ਮੁੰਡਿਆਂ ਨੂੰ ਨਾ ਕੁੜੀਆਂ ਨੂੰ, ਵਗੈਰਾ ਵਗੈਰਾ। ਮਤਲਬ ਪਿਛਲੇ 6 ਮਹੀਨਿਆਂ ਤੋਂ ਇਹ ਚੱਲ ਰਿਹਾ ਹੈਗਾ ਬਈ, ਲੋਕ ਸਹੀ ਰਿਸਪੋਂਸ ਨਹੀਂ ਦਿੰਦੇ ਗੇ ਕਨੇਡਾ ਪ੍ਰਤੀ, ਖਾਸ ਕਰਕੇ UK ਪ੍ਰਤੀ ਵੀ, ਇਹ ਦੋ ਦੇਸ਼ਾਂ ਪ੍ਰਤੀ, ਕਿ ਬਹੁਤ ਮਾੜੇ ਹਾਲਾਤ ਆ ਇਹ। ਹੁਣ ਵੇਖਣ ਵਾਲੇ ਤੁਸੀਂ ਜਿਹੜੇ ਉੱਥੇ ਬੈਠੇ ਆ, ਤੁਸੀਂ ਜੱਜਮੈਂਟ ਕਰ ਸਕਦੇ ਆ ਵੀ ਬਈ ਇਹ ਸਹੀ ਗੱਲ ਆ ਜਾਂ ਗਲਤ। ਵੈਸੇ ਇਹ ਕੁੜੀ ਦੀ ਲਾਚਾਰੀ ਦੇਖ ਕੇ ਤਰਸ ਆਉਂਦਾ ਕਿ ਉਹ ਚੁੱਪ ਰਹੀ। ਜਿਹੜਾ ਇਹ ਪਠਾਨ ਬੈਠਾ ਹੈ, ਇਹਨਾਂ ਦੇ ਧਰਮ ਦੇ ਵਿੱਚ ਔਰਤਾਂ ਨੂੰ ਅਜਿਹੇ ਕੱਪੜੇ ਨਹੀਂ ਪਹਿਨਾਏ ਜਾਂਦੇ, ਉਹ ਫੁੱਲ ਲਿਬਾਸ ਦੇ ਵਿੱਚ ਰਹਿੰਦੀਆਂ ਸਿਰ ਤੋਂ ਪੈਰਾਂ ਤੱਕ। ਆਪਣੇ ਪੰਜਾਬ ਦਾ ਵੀ ਇਹੀ ਕਲਚਰ ਆ, ਜਿਵੇਂ ਉਹ ਬੁਰਕਾ ਲਾਉਂਦੀਆਂ ਆਪਣੇ ਘੁੰਡ ਕੱਢਦੀਆਂ ਸੀ, ਪਰ ਇੱਥੇ ਕੁੜੀ ਦਾ ਲਿਬਾਸ ਦੇਖੋ ਤੁਸੀਂ ਕਿ ਉਹ ਫੁੱਲ ਕੱਪੜੇ ਨਹੀਂ ਪਾ ਸਕਦੀ, ਜਾਂ ਉਹਨੂੰ ਇਸੇ ਤਰ੍ਹਾਂ ਸਰਵ ਕਰਨਾ, ਜਾਂ ਉਹ ਇੱਕ ਦਿਨ ਲਈ ਉੱਥੇ ਕੰਮ 'ਤੇ ਆਈ ਆ, ਇੱਕ ਦਿਹਾੜੀ ਕਰਨ ਆਈ ਆ, ਤਾਂ ਕਿਸੇ ਨੇ ਵੀਡੀਓ ਬਣਾ ਲਈ, ਪੁੱਛ ਲਿਆ। ਕੌਣ ਕਿਸੇ ਨੂੰ ਪੁੱਛਦਾ ਗਾ, ਕੋਈ ਕਿਸੇ ਨੂੰ ਬੁਲਾਉਂਦਾ ਗਾ, ਕਿਸੇ ਨੂੰ ਹਿੰਦੀ ਪੰਜਾਬੀ ਆਉਂਦੀ, ਪਠਾਣਾ ਨੂੰ ਆਉਂਦੀ ਗਈ ਆ, ਬੋਲੀਵੁੱਡ ਵਗੈਰਾ ਉਹ ਗੀਤ ਗੁੱਤ ਸੁਣਦੇ ਆ, ਤਾਂ ਇਹ ਵੀਡੀਓ ਦੇਖ ਕੇ ਮੈਨੂੰ ਸਹੀ ਮਹਿਸੂਸ ਨਹੀਂ ਹੋਇਆ। ਬਹੁਤ ਬਹੁਤ ਮੇਰੇ ਤਰਸ ਆ ਉਹ ਕੁੜੀ ਦੇ ਲਈ ਬਈ, ਜੋ ਵੀ ਆ ਹੋਣਾ ਨਹੀਂ ਚਾਹੀਦਾ ਇਸ ਤਰ੍ਹਾਂ ਕਿਸੇ ਦੀ ਵੀਡੀਓ ਬਣਾ ਕੇ ਬਿਨਾਂ ਕਿਸੇ ਦੀ ਮਰਜ਼ੀ ਦੇ। ਯਾਰ ਤੂੰ ਉਹਨੂੰ ਤਨਖਾਹ ਦਿੰਦਾ ਹੈ, ਤੂੰ ਉਹਨੂੰ ਪੈਸੇ ਦਿੰਦਾ, ਇਹਦਾ ਮਤਲਬ ਇਹ ਨਹੀਂ ਹੈਗਾ ਤੂੰ ਮੂੰਹ ਚੱਕ ਚੱਕ ਉਹਦੀਆਂ ਵੀਡੀਓ ਬਣਾ ਬਣਾ ਕੇ ਤੂੰ ਪਾਈ ਜਾਵੇਂ। ਇਹ ਬੰਦੇ ਨੂੰ ਲੱਭਿਆ ਜਾਵੇ, ਇਹਦਾ ਫੋਨ ਨੰਬਰ ਲੱਭਿਆ ਜਾਵੇ, ਇਹਨੂੰ ਇਹਦੀ ਭਾਸ਼ਾ ਦੇ ਵਿੱਚ ਮੈਂ ਦੱਸੂੰਗਾ ਵੀ ਕਿਸੇ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਕੀ ਹੁੰਦਾ ਗਾ ਮੁੱਲ। ਇਹ ਵੀਡੀਓ ਨੂੰ ਸ਼ੇਅਰ ਕਰ ਦਿਉ, ਇੰਨਾ ਸ਼ੇਅਰ ਕਰੋ ਕਿ ਪਠਾਨ ਤੱਕ ਪਹੁੰਚ ਜਾਵੇ ਜਿਹਨੇ ਵੀਡੀਓ ਬਣਾਈ ਹੈ ਪੰਜਾਬੀ ਕੁੜੀ ਦੀ। ਅਤੇ ਕੁੜੀ ਵਾਸਤੇ ਚਾਹੀਦਾ ਭਾਈ ਕੋਈ ਢੰਗ ਦਾ ਕੰਮ ਲੱਭ, ਕਿਸੇ ਦੇ ਘਰ ਦੀ ਗੁਲਾਮੀ ਕਰਨ ਨਾਲ ਤੂੰ ਘਰ ਆ ਕੇ ਇੱਥੇ ਕੰਮ ਕਰ ਲਾ ਭਾਈ।